ਆਹ ਵੇਲੋ 50,000 ਰੁਪਇਆ ਲੈ ਗਈ ਆ, ਸਬਜ਼ੀਆਂ ਪਈਆਂ ਸਾਰਾ ਕੁਛ ਪਿਆ, ਅਤੇ ਆਹ ਟੈਂਡਰ ਲੱਗਿਆ ਪਿਆ, ਇਹਦਾ ਖਰਚਾ ਵੇਲੋ, ਡੀਏ ਵਾਲਿਆਂ ਦੇ ਖਰਚੇ ਵੇਲੋ। ਅਸੀਂ ਇਹਨੂੰ 2:30 ਵਜੇ ਤੱਕ ਡਿੱਕਿਆ, ਨਹੀਂ ਆਈ ਗਈ। ਮੈਂ ਕਿਹਾ ਬਰਾਤਾਂ ਨੁਕਰਦੀਆਂ ਤਾਂ ਮੁੜਨ ਵਾਲੀਆਂ, ਅਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਗੀ? ਅਤੇ ਇਹਨੇ ਫੋਨ ਬੰਦ ਕਰ ਲਿਆ, ਫੋਨ ਬੰਦ ਕਰ ਲਿਆ। ਅਤੇ ਉਦੋਂ ਬਾਅਦ ਇਹ 9 ਸੀ ਪੁੱਛ ਸੀਗਾ, ਉਹ ਮਾਂ ਕੀ ਕਰ ਰਹੇ ਸਾਡੇ ਮੁਸਾਫਿਰ, ਵੇਖ ਲਓ ਤੁਸੀਂ ਵੀ ਗਰੀਬੀ ਦਾਵਾ ਹੈ। ਰੁਪਇਆ 3-4 ਲੱਖ ਰੁਪਇਆ ਲਾਈ ਬੈਠਾ ਮੈਂ, ਸਾਨੂੰ ਇਨਸਾਫ ਚਾਹੀਦਾ ਜੀ, ਇਹ ਚੀਜ਼ ਦਾ। ਅੰਗਰੇਜ਼ ਸਿੰਘ ਆ ਜੀ, ਕਿੱਥੇ ਰਹਿਣ ਵਾਲੇ ਹੋ? ਵਿਣਗਾ ਦੇ ਜੀ। ਕੀ ਮਾਮਲਾ ਕੀ ਹੈਗਾ, ਪੂਰਾ ਘਟਨਾ ਕੀ? ਮਾਮਲਾ ਕੀ ਹੈ ਜੀ, ਇਹਨੇ ਪਹਿਲਾਂ ਰਿਸ਼ਤਾ ਕਰਾਇਆ ਸੀਗਾ, ਰਿਸ਼ਤਾ ਕਰਾਇਆ ਇਹਨੇ, ਅਤੇ ਇਹਨੇ ਆਪਣਾ 50,000 ਰੁਪਇਆ ਲਵਾਤਾ, ਇਹਨੇ ਆਪ ਲੈ ਲਿਆ, ਠੀਕ ਹੈ। 50,000 ਲੈ ਕੇ ਮੈਨੂੰ ਆਹਦੀ ਵੀ ਕੋਈ ਚੱਕਰ ਨਹੀਂ ਗਾ, ਵੀ ਕੁੜੀ ਦਾ ਮਾਂ ਪਿਓ ਹੈ ਨਹੀਂ ਗਾ, ਅਤੇ ਮਾਂ ਹੈਗੀ ਹੈ, ਠੀਕ ਹੈ। ਅਤੇ ਆਉਂਦੀ ਅਖੇ ਵੀ ਮੈਂ ਆਪੇ ਸਕਣ ਪਾਊਂਗੀ, ਸਾਰਾ ਕੁਛ ਮੈਂ ਆਪੇ ਕਰੂੰਗੀ, ਕੋਈ ਟੈਨਸ਼ਨ ਨਹੀਂ ਗੀ। ਆਹ ਵੇਲੋ 50,000 ਰੁਪਇਆ ਲੈ ਗਈ ਆ, ਸਬਜ਼ੀਆਂ ਪਈਆਂ ਸਾਰਾ ਕੁਛ ਪਿਆ, ਅਤੇ ਆਹ ਟੈਂਡਰ ਲੱਗਿਆ ਪਿਆ, ਇਹਦਾ ਖਰਚਾ ਵੇਲੋ, ਡੀਏ ਵਾਲਿਆਂ ਦੇ ਖਰਚੇ ਵੇਲੋ। ਕੀ ਇਹਨੇ ਕਿਹਾ ਕੀ ਸੁਣੋ, ਉਸ ਤੋਂ ਬਾਅਦ ਬਰਾਤ ਨੂੰ ਜਦੋਂ ਬਰਾਤ ਲੈ ਕੇ ਜਾਣਾ, ਬਰਾਤ ਲੈ ਕੇ ਜਾਣਾ ਸੀ, ਇਹਦੀ 10,000 ਰੁਪਇਆ ਹੋਰ ਦੇ ਮੈਨੂੰ। ਫਿਰ ਉਸ ਤੋਂ ਬਾਅਦ ਕੀ ਕੀਤਾ, ਬਰਾਤ ਜੋ 10,000 ਰੁਪਇਆ ਦਿੱਤਾ ਤੁਸੀਂ? 10,000 ਰੁਪਇਆ ਦਿੱਤਾ ਸੀ, ਅਸੀਂ ਇਹਨੂੰ 2:30 ਵਜੇ ਤੱਕ ਡਿੱਕਿਆ, ਨਹੀਂ ਆਈ ਗੀ। ਮੈਂ ਕਿਹਾ ਬਰਾਤਾਂ ਨੁਕਰਦੀਆਂ ਤਾਂ ਮੁੜਨ ਵਾਲੀਆਂ, ਅਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਗੀ? ਅਤੇ ਇਹਨੇ ਫੋਨ ਬੰਦ ਕਰ ਲਿਆ, ਫੋਨ ਬੰਦ ਕਰ ਲਿਆ। ਅਤੇ ਉਦੋਂ ਬਾਅਦ ਇਹ 9 ਸੀ ਪੁੱਛ ਸੀਗਾ, ਉਹ ਇੱਥੋਂ ਭੱਜ ਗਈ। ਇੱਕ ਬੰਦਾ ਗਿਆ, ਕਾਨੂੰਨੀ ਰੱਖਿਆ ਇਹਨੇ। ਕੀ ਕਿਹਾ ਇਹਨਾਂ ਨੇ, ਕਿਹਾ ਕਿ ਤੁਹਾਨੂੰ ਬਰਾਤ ਜਦੋਂ ਲੈ ਕੇ ਜਾਣੀ ਸੀ, ਉਸ ਤੋਂ ਬਾਅਦ ਕੀ ਇਹਨਾਂ ਨੇ ਕਿਹਾ ਤੁਹਾਨੂੰ? ਇਹ ਆਉਂਦੀ ਵੀ ਜਾ ਕੇ ਮੈਂ ਤੁਹਾਨੂੰ ਦੱਸ ਦੀ, ਮੈਂ ਤਿਆਰੀ ਕਰਾਉਣੀ ਆ ਜੀ, ਉੱਥੇ ਜਾ ਕੇ 10 ਰੁਪਏ 10,000 ਰੁਪਇਆ ਲੈ ਗਏ। ਓਕੇ, ਉਸ ਤੋਂ ਬਾਅਦ ਕੀ ਤੁਹਾਨੂੰ ਇਹਨਾਂ ਨੇ ਕਿਹਾ, ਵੀ ਮੈਸੇਜ ਕੀ ਦਿੱਤਾ ਤੁਹਾਨੂੰ ਵੀ ਬਰਾਤ ਆਊਗੀ ਲੈ ਕੇ ਆਓ ਜਾਂ ਨਹੀਂ? ਇਹ ਆਉਂਦੀ ਵੀ ਪਹਿਲਾਂ ਤਾਂ ਆਉਂਦੀ ਸੀ ਵੀ ਕੁੜੀ ਭੱਜ ਗਈ, ਫਿਰ ਆਉਂਦੀ ਮਰਗੂਗੀ। ਮੰਗ ਕੀ ਕਰਦੇ? ਮੰਗ ਕੀ ਕਰ ਰਹੇ ਸਾਡੇ ਮੁਸਾਫਿਰ, ਵੇਖ ਲਓ ਤੁਸੀਂ ਵੀ ਗਰੀਬੀ ਦਾਵਾ ਹੈ। ਰੁਪਇਆ 3-4 ਲੱਖ ਰੁਪਇਆ ਲਾਈ ਬੈਠਾ ਮੈਂ, ਇਨਸਾਫ ਚਾਹੀਦਾ, ਸਾਨੂੰ ਇਨਸਾਫ ਚਾਹੀਦਾ ਜੀ, ਇਹ ਚੀਜ਼ ਦਾ।